ਆਰਡੀਨੈਂਸ ਬਿੱਲ ਨੂੰ ਲੈ ਕੇ ਖੇਤੀ ਆਰਡੀਨੈਂਸ ਬਿੱਲ ਨੂੰ ਲੈ ਕੇ ਸਿਆਸਤ ਵਰਤੀ ਹੈ ਅਤੇ ਇਹਦੇ ਨੂੰ ਤੁਸੀਂ ਵੀ ਜਿਹੜੀ ਆ ਲੋਕ ਸਭਾ ਘੇਰਨ ਜਾ ਰਹੇ ਹੋ ਕਿਸ ਤਰ੍ਹਾਂ ਦੇ ਦੋਗੇ ਸੋ ਅਸੀਂ ਹਰ ਹੀਲੇ ਪਾਰਲੀਮੈਂਟ ਘੇਰਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਉਹਨੂੰ ਸਿਰੇ ਚਾੜਾਂਗੇ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ 23 ਤਰੀਕ ਨੂੰ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਹਜ਼ਾਰਾਂ ਦੀ ਗਿਣਤੀ 'ਚ ਮੋਟਰਸਾਈਕਲ ਕਾਲੇ ਝੰਡੇ ਹੱਥਾਂ 'ਚ ਫੜ ਕੇ ਜਾਵਾਂਗੇ ਰੋਸ ਕਿ ਮੋਦੀ ਸਾਹਿਬ ਦੇ ਅੱਗੇ ਬਹਿਣ ਪਾਵਾਂਗੇ ਜਾ ਕੇ ਕਿ ਇਹ ਪੰਜਾਬ ਨੂੰ ਖਤਮ ਕਰੇਗਾ ਇਹ ਪੰਜਾਬੀ ਕਿਸਾਨਾਂ 'ਤੇ ਡੈਥ ਵਾਰੰਟ ਹੈਗੇ ਜਿਹੜਾ ਖੇਤੀ ਸੁਧਾਰ ਬਿੱਲ ਤੁਸੀਂ ਯਾਦ ਕਰੋ ਅਸੀਂ 300 ਕਿਲੋਮੀਟਰ ਲੰਬੀ ਯਾਤਰਾ ਅੱਜ ਤੋਂ ਕੋਈ 3 ਕੁ ਮਹੀਨੇ ਪਹਿਲਾਂ ਜਦੋਂ ਖੇਤੀ ਸੁਧਾਰ ਆਰਡੀਨੈਂਸ ਆਏ ਸੀ ਬਹੁਤ ਗਿਣਤੀ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਨਹੀਂ ਪਤਾ ਸੀ ਵੀ ਇਹਦੇ ਪ੍ਰਭਾਵ ਕੀ ਪੈਣੇ ਆ ਅਸੀਂ ਲੱਖਾਂ ਦੀ ਗਿਣਤੀ 'ਚ 300 ਕਿਲੋਮੀਟਰ ਸਾਈਕਲ ਯਾਤਰਾ ਦੌਰਾਨ ਹਜ਼ਾਰਾਂ ਪਿੰਡਾਂ 'ਚ ਗਏ ਲੱਖਾਂ ਦੀ ਗਿਣਤੀ 'ਚ ਪੈਂਫਲੇਟ ਵੰਡਿਆ ਸਪੀਚ ਕੀਤੀ ਮੀਡੀਆ ਜ਼ਰੀਏ ਲੋਕਾਂ ਨੂੰ ਅਵੇਅਰ ਕੀਤਾ ਜਾਗਰੂਕ ਉਸ ਜਾਗਰੂਕਤਾ ਦੀ ਬਦੌਲਤ ਇੱਕ ਦਬਾਅ ਬਣਿਆ ਅਤੇ ਸੂਬਾ ਸਰਕਾਰ ਨੂੰ ਵਿਧਾਨ ਸਭਾ ਦੇ ਅੰਦਰ ਇੱਕ ਪ੍ਰਸਤਾਵ ਲੈ ਕੇ ਆਉਣਾ ਪਿਆ ਰੱਦ ਕਰਨ ਸੰਬੰਧੀ ਖੇਤੀ ਸੁਧਾਰ ਆਰਡੀਨੈਂਸ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਓਪਨਲੀ ਅਪੀਲ ਕਰਦਾ ਕਿ ਉਹ ਅਗਵਾਈ ਦੇਣ ਉਹ ਸਾਡੇ ਸੂਬੇ ਦੇ ਮੁੱਖ ਮੰਤਰੀ ਆ ਖੇਤੀ ਪ੍ਰਧਾਨ ਸੂਬੇ ਦੇ CM ਅਗਵਾਈ ਦੇਣ ਜਿੰਨੀਆਂ ਕਿਸਾਨ ਜਥੇਬੰਦੀਆਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਵਿਰੋਧ ਕਰਦੀਆਂ ਖੇਤੀ ਸੁਧਾਰ ਬਿੱਲਾਂ ਦਾ ਉਹਨਾਂ ਸਾਰਿਆਂ ਨੂੰ ਇੱਕ ਝੰਡੇ ਥੱਲੇ ਲੈ ਲੈਣ ਖੁਦ ਅਗਵਾਈ ਕਰਨ ਖੁਦ ਮੁੱਖ ਮੰਤਰੀ ਸਾਹਿਬ ਅਗਵਾਈ ਕਰਕੇ ਸਾਨੂੰ ਪਾਰਲੀਮੈਂਟ ਤੱਕ ਲੈ ਕੇ ਜਾਣ ਜਾਂ ਪ੍ਰਧਾਨ ਮੰਤਰੀ ਦੀ ਕੋਠੀ ਦਾ ਘਰਾਓ ਰੱਖਣ ਤਾਂ ਜੋ ਕੇਂਦਰ ਸਰਕਾਰ ਦੇ ਉੱਤੇ ਇੱਕ ਮਜ਼ਬੂਤ ਦਬਾਅ ਅਤੇ ਹੋ ਸਕਦਾ ਜੇ ਮੁੱਖ ਮੰਤਰੀ ਸਾਹਿਬ ਸਾਡੀ ਅਪੀਲ ਇਹ ਮੰਨ ਲੈਣ ਅਤੇ ਕੇਂਦਰ ਸਰਕਾਰ ਦਬਾਅ ਦੇ ਵਿੱਚ ਆ ਕੇ ਇਹ ਕਾਨੂੰਨ ਡਰੋਪ ਕਰ ਜਾਵੇ ਮੈਂ ਸਰ ਕਿੱਦਾਂ ਲੱਗਦਾ ਕਿਸ ਤਰ੍ਹਾਂ ਰੋਕਿਆ ਜਾਊਗਾ ਕਿਉਂਕਿ ਲੋਕ ਸਭਾ 'ਚ ਪਾਸ ਹੋ ਚੁੱਕਾ ਰਾਸ਼ਟਰਪਤੀ ਕੋਲ ਜਾਣਾ ਜੇ ਰਾਸ਼ਟਰਪਤੀ ਜੀ ਦੇ ਸਾਈਨ ਹੋਣੇ ਬਾਕੀ ਆ ਇਹ ਵੀ ਕੋਈ ਜ਼ਰੂਰੀ ਨਹੀਂ ਗਾ ਜੇ ਰਾਸ਼ਟਰਪਤੀ ਜੇ ਸਾਈਨ ਹੋ ਜਾਣ ਤਾਂ ਕੇਂਦਰ ਸਰਕਾਰ ਉਹ 'ਚ ਅਮੈਂਡਮੈਂਟ ਨਹੀਂ ਕਰ ਸਕਦੀ ਇਟ ਕੈਨ ਆਲਸੋ ਵੀ ਪੋਸੀਬਲ ਕੇਂਦਰ ਸਰਕਾਰ ਬਣੇ ਹੋਏ ਕਾਨੂੰਨ ਦੇ ਅੰਦਰ ਦੁਬਾਰਾ ਲੋਕ ਸਭਾ ਦੇ ਵਿੱਚ ਲਿਜਾ ਕੇ ਵੀ ਉਹਦੇ 'ਤੇ ਅਮੈਂਡਮੈਂਟ ਕਰਨੀ ਹੈ ਕਰ ਸਕਦੀ ਹੈ ਉਹ ਬਿੱਲ ਨੂੰ ਡਰੋਪ ਕਰਨਾ ਡਰੋਪ ਵੀ ਕਰ ਸਕਦੀ ਹੈ ਕੇਂਦਰ ਸਰਕਾਰ ਕੋਲ ਸਾਰੇ ਕਾਨੂੰਨਾਂ ਰਸਤੇ ਸੰਵਿਧਾਨਕ ਤੌਰ 'ਤੇ ਹੈਗੇ ਕਿਸ ਤਰ੍ਹਾਂ ਦੇਖਦੇ ਹੋ ਕਿ ਜਦੋਂ ਮੋਦੀ ਸਰਕਾਰ ਨੇ ਸੱਤਾ ਵਿੱਚ ਆਉਣਾ ਸੀਗਾ ਉਦੋਂ ਉਹਨਾਂ ਨੇ ਕਿਹਾ ਸੀ ਜਿਹੜੀ ਸਵਾਮੀਨਾਥਨ ਰਿਪੋਰਟ ਆ ਉਹ ਲਾਗੂ ਨਹੀਂ ਹੋ ਜਾਵੇਗੀ ਮਤਲਬ ਲਾਗੂ ਕਰ ਦਿੱਤੀ ਜਾਵੇਗੀ ਉਸ ਤੋਂ ਬਾਅਦ ਹੁਣ ਜਿਹੜਾ ਮੰਡੀਕਰਨ ਜਿਹੜਾ ਬੰਦ ਕੀਤਾ ਜਾ ਰਿਹਾ ਮੋਦੀ ਸਰਕਾਰ ਅਸਲ ਦੇ ਵਿੱਚ ਕਾਰਪੋਰੇਟ ਲੋਕਾਂ ਦੀ ਸਰਕਾਰ ਹੈਗੀ ਆ BJP ਨੂੰ ਦੇਸ਼ ਅੰਦਰ ਅੱਜ ਕਾਰਪੋਰੇਟ ਇਲੈਕਸ਼ਨਾਂ ਲੜਾਉਂਦਾ ਉਹਨੂੰ ਪ੍ਰਮੋਟ ਕੀਤਾ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਅਤੇ ਕਿੱਥੇ ਗਈਆਂ ਉਹ ਸਵਾਮੀਨਾਥਨ ਕਮਿਸ਼ਨ ਰੈਕਮੈਂਡੇਸ਼ਨ ਲਾਗੂ ਕਰਨ ਦੀਆਂ ਗੱਲਾਂ ਜਿਹੜੀਆਂ ਚੋਣ ਮਨੋਰਥ ਪੱਤਰ 2014 ਦੇ ਵਿੱਚ ਵਾਅਦਾ ਕੀਤਾ ਸੀ ਦੇਸ਼ ਦੇ ਕਿਸਾਨਾਂ ਨਾਲ ਅਤੇ ਅੱਜ ਉਲਟਾ ਹੋ ਗਿਆ ਅੱਜ ਕਿਸਾਨ ਲਈ ਡੈਥ ਵਾਰੰਟ ਖੇਤੀ ਸੁਧਾਰ ਬਿੱਲ ਵਰਗੇ ਕਾਲੇ ਕਾਨੂੰਨ ਲਿਆ ਕੇ ਖੇਤੀ ਅਤੇ ਕਿਸਾਨ ਦੀ ਸੰਘੀ ਜਿਹੜੀ ਆ ਉਹ ਤੁਸੀਂ ਕਾਰਪੋਰੇਟ ਦੇ ਹੱਥ ਫੜਾਉਣ ਲੱਗੇ ਹੋ ਸੋ ਇਸ ਕਰਕੇ ਮੇਰੀ ਫਿਰ CM ਸਾਹਿਬ ਨੂੰ ਅਪੀਲ ਆ ਕਿ ਅਸੀਂ ਕੋਈ ਰਾਜਨੀਤੀ ਨਹੀਂ ਕਰਦੇ ਅਸੀਂ ਕੋਈ ਰਾਜਨੀਤਿਕ ਲਾਹਾ ਨਹੀਂ ਲੈਣਾ ਜੇ ਸਾਡੇ ਸੂਬੇ ਦਾ ਕਿਸਾਨ ਬਚ ਗਿਆ ਤਾਂ ਸਾਡੇ ਸੂਬੇ ਦੀ ਆਰਥਿਕਤਾ ਬਚੇਗੀ ਕਿਉਂਕਿ ਸਾਡੇ ਸੂਬੇ ਦੀ ਆਰਥਿਕਤਾ 80% ਲੋਕ ਸਿੱਧੇ ਦੇ ਸਿੱਧੇ ਢੰਗ ਨਾਲ ਖੇਤੀ 'ਤੇ ਨਿਰਭਰ ਆ ਸਾਡੇ ਸੂਬੇ ਦੀ ਆਰਥਿਕਤਾ ਖੇਤੀ 'ਤੇ ਨਿਰਭਰ ਕਰਦੀ ਹੈ ਜੇ ਕਿਸਾਨ ਨਾ ਰਿਹਾ ਤਾਂ ਸੂਬੇ ਦੀ ਆਰਥਿਕਤਾ ਨਹੀਂ ਰਹਿਣੀ ਸੋ ਮੇਰੀ ਅਪੀਲ ਹੈ CM ਸਾਹਿਬ ਖੁਦ ਸਾਰੇ ਲੋਕਾਂ ਨੂੰ ਅਗਵਾਈ ਦਿੰਦੇ ਹੋਏ ਕੇਂਦਰ ਦੇ ਨਾਲ ਮੱਥਾ ਮੈਂ ਫਿਰ ਵੀ ਸਵਾਲ ਹੈ ਕਿ ਰੋਕਿਆ ਕਿੱਦਾਂ ਜਾਊ ਕਿਉਂਕਿ GST ਰੋਕਿਆ ਗਿਆ ਨੋਟਬੰਦੀ ਨੇ ਰੋਕੀ ਗਈ ਇਹੀ ਤਾਂ ਮੋਦੀ ਸਾਹਿਬ ਦਾ ਮੂੰਹ ਪੈ ਗਿਆ ਨਾ GST ਨੋਟਬੰਦੀ 370 ਧਾਰਾ ਫਿਰ ਉਦੋਂ ਬਾਅਦ 'ਚ ਸੁਪਰੀਮ ਕੋਰਟ ਕੋਲੋਂ ਰਾਮ ਮੰਦਰ ਵਾਲਾ ਫੈਸਲਾ ਇਹ ਸਾਰੀਆਂ ਗੱਲਾਂ ਜਿਹੜੀਆਂ ਮੋਦੀ ਸਾਹਿਬ ਨੇ ਕੋਸ ਪ੍ਰੋਫਾਈਲ 'ਚ ਲੈ ਗਈਆਂ ਵੀ ਉਹ ਪ੍ਰਧਾਨ ਮੰਤਰੀ ਨਹੀਂ ਉਹ ਆਪਣੇ ਆਪ ਨੂੰ ਡਿਕਟੇਟਰ ਸਮਝਣ ਲੱਗ ਗਏ ਦੇਸ਼ ਦਾ ਸੋ ਜਿਹੜੇ ਬਾਦਲ ਪਰਿਵਾਰ ਵਰਗੇ ਲੋਕ ਹੈਗੇ ਆ ਪੰਥ ਦੇ ਗਦਾਰ ਕਹੂੰਗਾ ਸਿੱਖ ਕੌਮ ਦੇ ਜਦੋਂ ਸਾਰੇ ਕਿਸਾਨ ਸੜਕਾਂ 'ਤੇ ਆ ਗਏ ਤਾਂ ਯੂ ਟਰਨ ਮਾਰਦੇ ਆ ਥੁੱਕ ਕੇ ਚੱਟਦੇ ਆ ਕਿ ਅਸੀਂ ਪਿੰਡਾਂ 'ਚ ਕਿਵੇਂ ਵੜਾਂਗੇ ਅਸਤੀਫਾ ਥੋੜ੍ਹੀ ਉਹਦਾ ਥੁੱਕ ਕੇ ਚੱਟਿਆ ਇਹ ਤਾਂ ਸਾਰਾ ਟੱਬਰ ਕਹਿੰਦਾ ਸੀ ਖੇਤੀ ਸੁਧਾਰ ਆਰਡੀਨੈਂਸ ਬੜੇ ਚੰਗੇ ਆ ਅੱਜ ਬੀਬਾ ਜੀ ਦੀ ਇੱਕ ਇੰਗਲਿਸ਼ TV ਦੇ ਉੱਤੇ ਮੈਂ ਇੰਟਰਵਿਊ ਦੇਖੀ ਜਿਹ 'ਚ ਕਹਿ ਰਿਹਾ ਮੈਂ ਨਹੀਂ ਵਿਰੋਧ ਕੀਤਾ ਕਿਸਾਨਾਂ ਨੇ ਵਿਰੋਧ ਕੀਤਾ ਇਹ ਬਾਦਲ ਫੈਮਿਲੀ ਉਹ ਆ ਜਿਹੜੀ ਕੁਰਸੀ ਖਾਤਰ ਗੁਰੂ ਗ੍ਰੰਥ ਸਾਹਿਬ ਦਾ ਅੰਗ ਅੰਗ ਰੂੜੀਆਂ 'ਤੇ ਰੋੜ ਸਕਦੇ ਆ ਕਿਸਾਨ ਇਹਨਾਂ ਵਾਸਤੇ ਕੀ ਚੀਜ਼ ਹੈਗੇ ਆ ਇਹ ਚਰਿੱਤਰਹੀਣ ਪਰਿਵਾਰ ਪੰਜਾਬ ਦਾ ਜਿੱਡਾ ਨੁਕਸਾਨ ਅਤੇ ਪੰਜਾਬੀ ਇਹਨਾਂ ਦੇ 51 ਨੂੰ ਇਹਨਾਂ ਦਾ ਚਿਹਰਾ ਬੇਨਕਾਬ ਹੋ ਚੁੱਕਿਆ ਇਹਨਾਂ ਦੇ 51 ਸਮਝ ਚੁੱਕੇ ਆ ਅੱਛਾ ਇਹ ਲੱਗਦਾ ਕਿ ਬਾਦਲ ਸਾਹਿਬ ਗਠਬੰਧਨ ਜਿਹੜਾ ਪੰਜਾਬ ਟੁੱਟ ਜਾਊਗਾ ਇਹਨਾਂ ਦੋਨਾਂ ਪਾਰਟੀਆਂ ਦਾ ਇੰਪੋਸੀਬਲ ਅਸਤੀਫਾ ਦੇ ਦਿੱਤਾ ਤੁਸੀਂ ਅਸਤੀਫਾ ਪੜ੍ਹੋ ਉਹਦੇ 'ਚ ਮੋਦੀ ਐਂਡ ਗਵਰਨਮੈਂਟ ਦੇ ਕਿੱਡੇ ਗੁਣਗਾਣ ਅਸਤੀਫਾ ਘੱਟ ਲੱਗਦਾ ਐਪਰੀਸ਼ੀਏਸ਼ਨ ਜ਼ਿਆਦਾ ਲੱਗਦੀ ਹੈ ਮੋਦੀ ਐਂਡ ਗਵਰਨਮੈਂਟ ਦੀ ਸੋ ਦੂਸਰਾ ਨੰਬਰ
एक वो गल हो गई भी कुड़ी ने अपने पति तो तलाक लै लिया पर कुड़ी के पेरेंट्स कहन भी रहना तू अपने पति दे नाल ही है रिजाइन दे दा पर रहना सी बीजेपी दे नाल क्योंकि 10 साल बहुत वड्डे स्कैम किए इस टब्बर ने एंड अपना चमड़ा बचाने वास्ते मोदी की सरकार ही इन्हों चमड़ा बचाती है ना अपने चमड़े को बचाने वास्ते अज जे अस्तीफे के ढकवांजे पर NDA एंड BJP का साथ नहीं कदे छड्डणगे।